ਰਾਤੀ ਅਸੀਂ ਸ਼ੋਅ ਸ਼ੋਅ ਦੇਖਣ ਤੋਂ ਬਾਅਦ ਆਏ ਹਾਂ, ਕਿਉਂਕਿ ਉਦੋਂ ਮੇਰੇ ਨਾ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ ਤਾਂ ਮੈਂ ਵੀਡੀਓ ਕਲੋਜ਼ ਨਹੀਂ ਕਰ ਸਕਿਆ, ਤਾਂ ਉਹ ਵੀਡੀਓ ਆਪਾਂ ਹੁਣ ਕਲੋਜ਼ ਕਰ ਰਹੇ ਹਾਂ। ਤਾਂ ਕੱਲ੍ਹ ਅਸੀਂ ਸਵੇਰੇ ਉੱਠਣ ਤੋਂ ਬਾਅਦ ਜੰਗਲ ਸਫਾਰੀ, ਜੀਪ ਸਫਾਰੀ ਵਗੈਰਾ ਕੀਤੀ ਹੈ। ਉਸ ਤੋਂ ਬਾਅਦ ਇੱਥੇ 4-5 ਸ਼ੋਅ ਸੀ, ਲਾਸਟ ਸ਼ੋਅ ਸੀ ਸਾਊਂਡ ਐਂਡ ਲਾਈਟ ਦਾ, ਉਹ ਸ਼ੋਅ ਦੇਖ ਕੇ ਅਸੀਂ 8:30 ਫ੍ਰੀ ਹੋਏ ਅਤੇ ਡਿਨਰ ਡੁਨਰ ਕਰਕੇ ਅਸੀਂ ਰਾਤੀ 9 ਰੂਮ 'ਚ ਆਏ ਹਾਂ। ਅਤੇ ਫਿਰ ਉਸ ਤੋਂ ਬਾਅਦ ਆ ਕੇ ਹੀ ਪ੍ਰਥਮ ਨੂੰ ਫੀਵਰ ਹੋ ਗਿਆ, ਫਿਰ ਗੋਲੀ ਦਿੱਤੀ, ਉਹਨੂੰ ਮੈਡੀਸਨ ਦਿੱਤੀ ਅਤੇ ਸੌ ਗਏ। ਸਵੇਰੇ 5:30 ਉੱਠਣ ਦਾ ਪਲਾਨ ਬਣਾਇਆ ਕਿ ਉੱਠ ਕੇ ਪ੍ਰਿਆਰ ਬੋਟਿੰਗ ਟਿਕ 'ਤੇ ਜਾਵਾਂਗੇ, ਬਟ ਸਵੇਰੇ ਫਿਰ ਉਹਨੂੰ 4 ਫਿਰ ਦੁਬਾਰਾ ਫੀਵਰ ਹੋ ਗਿਆ, ਜਿਸ ਕਰਕੇ ਅਸੀਂ ਜਾ ਨਹੀਂ ਪਾਏ। ਅਤੇ ਹੁਣ ਜਿਹੜੀ ਕੱਲ੍ਹ ਵਾਲੀ ਵੀਡੀਓ ਸੀ ਮੈਂ ਇੱਥੇ ਖਤਮ ਕਰਦਾ, ਅਤੇ ਅੱਜ ਸਵੇਰ ਤੋਂ ਆਪਾਂ ਅੱਜ ਦੇ ਡੇ ਦੀ ਵੀਡੀਓ ਸ਼ੁਰੂ ਕਰਦੇ ਹਾਂ। ਤੁਹਾਡਾ ਬਹਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਲਈ, ਵੀਡੀਓਜ਼ ਨਾਲ ਬਣੇ ਰਹਿਣ ਲਈ, ਅਤੇ ਹੋਪ ਹੈ ਕਿ ਤੁਸੀਂ ਇਹ ਫਿਊਚਰ 'ਚ ਵੀ ਇੱਦਾਂ ਹੀ ਪਿਆਰ ਦਿਓਗੇ। ਅਤੇ ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਜੇ ਤੁਸੀਂ ਪਹਿਲੀ ਵਾਰ ਚੈਨਲ 'ਤੇ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜਾਇਓ। ਥੈਂਕ ਯੂ। ਬ੍ਰੇਕਫਾਸਟ ਐਟ ਸੈਂਡਰਾ ਹੋਟਲ ਦੇ ਵਿੱਚ ਬ੍ਰੇਕਫਾਸਟ ਦੇਖੋ, ਜੂਸ, ਸੈਂਡਵਿਚ, ਉੱਪਮ, ਪੂਰੀ, ਡੋਸਾ ਐਂਡ ਚਟਨੀ, ਸਾਂਬਰ, ਅਤੇ ਇਹਨਾਂ ਦੀ ਕੋਈ ਡਿਸ਼ ਹੈ ਐਂਡ ਵੈਜ ਫੋਰਨ, ਅਤੇ ਇੱਧਰ ਹੈ ਟੀ। ਇਹ ਸਾਰਾ ਬਫੇ ਲੱਗਿਆ ਹੋਇਆ, ਤੁਸੀਂ ਬ੍ਰੇਕਫਾਸਟ ਇੰਕਲੂਡਿਡ ਹੈ ਸਾਡਾ ਤਾਂ ਬਫੇ ਲੱਗਿਆ ਹੋਇਆ। ਲਓ ਜੀ, ਅਸੀਂ ਹੁਣ ਠਿੱਕੜੀ ਤੋਂ ਚੱਲ ਪਏ ਹਾਂ, ਅਤੇ ਹੁਣ ਅਸੀਂ ਅਪਰੋਕਸੀਮੇਟ ਟਾਈਮ ਦੇਖੋ ਕਿੰਨਾ ਹੋ ਗਿਆ, 12:18, ਤਾਂ 12:15 ਅਸੀਂ ਠਿੱਕੜੀ ਤੋਂ ਚੱਲੇ ਹਾਂ ਮਨਾਰ ਲਈ, ਕਿਉਂਕਿ ਸਵੇਰੇ ਸਾਰੇ ਇਹ ਗਏ ਹੋਏ ਸੀ ਬੋਟਿੰਗ ਲਈ, ਪਰ ਉਹ ਬੋਟਿੰਗ 'ਚ ਸਾਰੇ ਬੋਰ ਹੀ ਹੋਏ ਨੇ, ਕੁਛ ਨਹੀਂ ਦਿਖਿਆ, 2-5 ਦਿਖੇ ਨੇ, ਜਦੋਂ ਕਿ ਖੱਜਲ ਖੁਆਰੀ ਜ਼ਿਆਦਾ ਹੋਈ। ਪਹਿਲਾਂ ਇੱਥੇ ਲਾਈਨ, ਬੱਸ ਲੈਣ ਲਈ ਲਾਈਨ, ਫਿਰ ਅੱਗੇ ਟਿਕਟ ਲੈਣ ਲਈ ਲਾਈਨ, ਫਿਰ ਅੱਗੇ ਬੋਟਿੰਗ ਲਈ ਲਾਈਨ, ਫਿਰ ਵਾਪਸੀ 'ਤੇ ਫਿਰ ਸ਼ਟਲ ਲੈਣ ਲਈ ਲਾਈਨ, ਮਤਲਬ 3-4 ਥਾਵਾਂ 'ਤੇ ਲਾਈਨਾਂ 'ਚ ਲੱਗ ਲੱਗ ਕੇ ਘੰਟੇ ਦੀ ਬੋਟਿੰਗ ਸੀ, ਅਤੇ ਬੋਟਿੰਗ ਦੌਰਾਨ ਕੁਛ ਨਹੀਂ ਦਿਖਿਆ ਹੈਗਾ। ਇਸ ਕਰਕੇ ਵੇਸਟਸ ਆਫ ਟਾਈਮ ਆ, ਜੇ ਥਿੱਕੜੀ ਆ ਕੇ ਆਪਾਂ ਪ੍ਰਿਆਰ ਜਾਂਦੇ ਹਾਂ ਅੰਦਰ ਫੋਰੈਸਟ ਵਿੱਚ ਜਾਂਦੇ ਹਾਂ ਬੋਟਿੰਗ ਲਈ, ਅਤੇ ਸੋਚਦੇ ਹਾਂ ਵੀ ਸਵੇਰੇ 5:30 ਵਾਲਾ ਟਾਈਮ ਜਾ ਕੇ ਜ਼ਿਆਦਾ ਵਧੀਆ ਸਾਨੂੰ, ਤਾਂ ਉਹ ਬੇਸਟਸ ਆਫ ਟਾਈਮ ਹੈ। ਉਸ ਤੋਂ ਵਧੀਆ ਤਾਂ ਇਹ ਆ ਵੀ ਤੁਸੀਂ ਲੋਕਲ ਘੁੰਮੋ, ਜੰਗਲ ਸਫਾਰੀ ਵਗੈਰਾ ਘੁੰਮੋ, ਹਾਂ ਤੁਹਾਡੇ ਕੋਲ ਟਾਈਮ ਹੈ ਫਿਰ ਤੁਸੀਂ ਜਾ ਵੀ ਸਕਦੇ ਹੋ, ਪਰ ਜੇ ਤੁਸੀਂ ਸਵੇਰੇ 5:30 ਉੱਠ ਕੇ ਜਾ ਦਾ ਸੋਚਦੇ ਹੋ ਕਿ ਉਹ ਸਪੈਸ਼ਲ ਟਾਈਮ ਹੈ, ਬਹੁਤ ਫਾਇਦਾ ਤਾਂ ਉਹਦਾ ਕੋਈ ਖਾਸ ਫਾਇਦਾ ਨਹੀਂ ਹੈਗਾ। ਤਾਂ ਹੁਣ ਇੱਥੋਂ ਚੱਲ ਪਏ ਅਸੀਂ ਚੈੱਕ ਆਊਟ ਕਰਕੇ, ਅਤੇ ਇੱਥੇ ਦਾ ਜੋ ਮੇਰਾ ਰਿਵਿਊ ਰਿਹਾ ਸੈਂਡਰਾ 10:9 ਅਤੇ ਮਾਈਕਲਿਨ 10:4, ਕਿਉਂਕਿ ਉਹ ਇੰਨਾ ਰੂਰਲੀ ਬੋਲਦੇ ਆ, ਨਾ ਕੋਈ ਸਰਵਿਸ, ਨਾ ਕੋਈ ਲਿਫਟ, ਨਾ ਕੋਈ ਰੂਮ ਵਧੀਆ, ਕੁਛ ਨਹੀਂ ਹੈ। ਸੈਂਡਰਾ ਦਾ ਸਭ ਕੁਝ ਅੱਛਾ ਹੈ, ਸਿਰਫ ਬਾਹਰ ਪਾਰਕਿੰਗ ਲਈ ਸਪੇਸ ਘੱਟ ਹੈ, ਪਰ ਨਾਲ ਬੇਸਮੈਂਟ ਮੈਨੂੰ ਲੱਗਦਾ ਉਹਨਾਂ ਦੀ ਹੈ, ਮੈਂ ਕਲੀਅਰ ਨਹੀਂ ਕੀਤਾ, ਅਗਰ ਉਹਨਾਂ ਦੀ ਹੈ ਤਾਂ 10:10 ਤਾਂ ਗੁੱਡ ਹੈ, ਮਾਰਕੀਟ ਦੇ ਵਿੱਚ ਹੈ, ਫੂਡ ਵੀ ਬਫੇ ਵੀ ਅੱਛਾ ਸੀ ਸਵੇਰੇ ਬ੍ਰੇਕਫਾਸਟ ਵਿੱਚ। ਅਤੇ ਹੁਣ ਅਸੀਂ ਮਨਾਰ ਵਿੱਚ 2 ਜਗ੍ਹਾ 'ਤੇ ਸਾਡੀ ਰਹਿਣ ਦਾ ਸਿਸਟਮ ਕੀਤਾ ਹੋਇਆ, ਇੱਕ ਨਾਲ ਫਾਰਮ ਹਾਊਸ ਹੈ, ਇੱਕ ਹੋਟਲ ਹੈ ਉੱਥੇ, ਤਾਂ ਉੱਥੇ ਜਾ ਕੇ ਦੇਖਦੇ ਹਾਂ ਹੁਣ। ਰਾਸਤੇ 'ਚ ਇੱਕੋ ਜਿਹੜੇ ਅਟ੍ਰੈਕਸ਼ਨ ਪੁਆਇੰਟ ਆਉਣਗੇ ਉੱਥੇ ਆਪਾਂ ਰੁਕਦੇ ਜਾਵਾਂਗੇ, ਅਤੇ ਤੁਹਾਨੂੰ ਉੱਥੇ ਦਾ ਵਿਊ ਉੱਥੇ ਜਾ ਕੇ ਦਿਖਾਉਂਦੇ ਹਾਂ ਆਪਾਂ। ਅਤੇ ਪਿਛਲੀ ਵੀਡੀਓਜ਼ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਅੱਗੇ ਦੀ ਵੀਡੀਓਜ਼ ਲਈ ਬਣੇ ਰਹੋ ਚੈਨਲ ਨਾਲ। ਇਸ ਟਾਈਮ ਅਨਾਗਾਰਾ 6 'ਤੇ, ਇਹ ਇੱਥੇ ਹੈ ਇੱਕ ਐਲੀਫੈਂਟ ਰਾਈਡ ਹੈ, ਅਤੇ ਜਿਹਦੇ ਵਿੱਚ ਇਹ 10 ਦੀ ਜੀਪ ਸਫਾਰੀ ਹੁੰਦੀ ਆ, ਉਸ ਤੋਂ ਬਾਅਦ 10 ਦੀ ਐਲੀਫੈਂਟ ਰਾਈਡ ਹੁੰਦੀ ਹੈ, ਜਿਸ ਦੇ ਵਿੱਚ ਇਹ ਤਾਮਿਲਨਾਡੂ ਦੇ ਬਾਰਡਰ 'ਤੇ ਸਾਨੂੰ ਲੈ ਕੇ ਜਾਂਦੇ ਨੇ, ਅਤੇ ਇਸ ਦੀ ਟਿਕਟ ਦਾ ਪ੍ਰਾਈਸ ਹੁੰਦਾ 600। ਅਤੇ ਉਸ ਤੋਂ ਬਾਅਦ ਤੁਸੀਂ ਇਹ ਲਾਸਟ ਜਿੱਥੋਂ ਤਾਮਿਲਨਾਡੂ ਦਾ ਬਾਰਡਰ ਹੈ, ਇੱਥੋਂ 10 ਦੇ ਡਿਸਟੈਂਸ ਹੈ, ਉੱਥੇ ਜਾ ਕੇ ਤੁਸੀਂ ਇਹ ਰਾਈਡ ਕਰ ਸਕਦੇ ਹੋ। ਅਤੇ ਇੱਦਾਂ ਦੇ ਵਿਊ ਹੁੰਦੇ ਨੇ, ਸੈਮੀ ਫੋਰੈਸਟ ਹੈ, ਕੋਈ ਫੋਰੈਸਟ ਪੂਰਾ ਫੋਰੈਸਟ ਨਹੀਂ, ਸੈਮੀ ਫੋਰੈਸਟ ਹੈ, ਬਸ ਇਹ ਇੱਕ ਵਿਊ ਪੁਆਇੰਟ ਹੈ ਮੇਨ। ਸਾਡੇ 2-3 ਫੈਮਲੀਆਂ ਜਾ ਰਹੀਆਂ ਨੇ ਇਸ 'ਤੇ, ਅਤੇ ਆਪਾਂ ਪੁੱਛਦੇ ਹਾਂ ਕੌਣ ਕੌਣ ਜਾ ਰਿਹਾ, ਕੌਣ ਕੌਣ ਜਾ ਰਿਹਾ ਬਾਈ, ਕੌਣ ਕੌਣ ਜਾ ਰਿਹਾ? ਹਾਥੀ ਤੇ ਵਿਕਾਸ, ਇੱਕ ਤਾਂ ਵਿਕਾਸ ਜਾ ਰਹੇ, ਇੱਕ ਵੰਸ਼ ਤੇ। ਹੈਲੋ, ਤੂੰ ਹਾਥੀ ਤੇ ਜਾਏਗਾ? ਹਾਂ। ਦੇਖੀ ਗੁਰੂ, ਆ ਦੇਖੋ ਇਹ ਮੇਰਾ ਬੱਚਾ, ਇਹ ਜਾ ਰਹੇ ਨੇ 3-4 ਜਣੇ ਜੀ ਸਾਡੇ ਚੋਂ, ਠੀਕ ਹੈ, ਉਹ ਜਾ ਰਿਹਾ ਤੂੰ ਵੀ? ਚਲੋ, ਸਾਡਾ ਇਹ ਬੱਚਾ ਜਾ ਰਿਹਾ ਇੱਕ ਜੀ, ਗਾਲਾ ਦੇਖੋ ਤੁਸੀਂ, ਆਵਾਜ਼ ਬੈਠ ਗਈ ਇਹਦੀ ਸਫ਼ਰ 'ਚ,
एने कल्ले ने सारे बीमार करते। मेरी आवाज बिल्कुल ठीक है, मैं अच्छे से बोल सकता हूं। ते दो फैमिली जा रही ने, उस तो बाद देखते हैं तो आगे पुछते हैं कितना एक्सपीरियंस। ते नाल ही इत्थे कैफेटेरिया बनया होया, इत्थे सारे बैठ के हुण कोई कोल्ड ड्रिंक पीने लग गया, कोई चाह पीने लग गया, ते इत्थे फ्रूट जूस सी। पर असीं जूस की जगह भाई नूं कहा सानूं तां फ्रैश फ्रूट कट के दो, असीं फ्रूट ही खाणा। आ देखो फ्रैश बनैना बंच पूरा, देखो तां कट रहे हैं फ्रूट, खाने फ्रूट पर। इतना मुनार नूं जांदे हुए रास्ते च रुके हैं चाह पीण लई। अज काफ़ी हैक्टिक जिहा डे हो गया क्योंकि सवेरे 5:30 उधर जाण नाल उन्हां दे 12-1 बजे वो वापस आए ने, सारा सफ़र जहा थोड़ा हैक्टिक का हो गया। तो ठंड बहुत है इत्थे, पर हवा बहुत ठंडी चल रही है। तो आले दुआले सारी ग्रीनरी आ, देखो टी गार्डन ने सारे। तो इत्थे आपां रुके हाँ चाह पीण लई। किन्ने कप कह रहे हो? 10 मिठे 1 फिका। पहाड़ ज़्यादा हाइट नहीं हैगी ना, पहाड़ों की हाइट घट है ना पहाड़ों की, पर ठंड इत्थे ज़्यादा है। अरे होर हाइट तो जाना अपने, आ जाओ भी आ जाओ पी लो चाह। लो जी आप पहुँच गए मुनार, टाइम हो रहा 7:49, तो चले हुए आप 12:30 बजे, तो इन्ना टाइम लग गया मुनार पहुँचने। तो इतने सानू मिल गए आने सारी एक होटल लक्ष्मी प्योर वेज रेस्टोरेंट। इतने हूँ डिनर कर लगे सारे, रश बहुत है इतने, टेबल नहीं हरे मिल रहे, टेबल खाली होने की वेट कर रहे सारे। तबीयत खराब होने करके मैं रास्ते की वीडियोज़ नहीं बना पाया, लगता तुम मुनार देखो इन्हें, वो बहुत हाइट से होटल है। तो आप जाना ये उपर हाइट से, इधर ये जो उपर हाइट से लाइटा चल रही ने, ये हाइट पर जाके अपना होटल है। ये सड़क जाएगी इधरों, देखो गए जा रही है, रश ही बहुत है, क्राउड बहुत ज़्यादा हुई हुई है। जो हूँ इन्ना रश है तो कल टूरिस्ट प्लेसिस से कितना होएगा सवेरे पता लगेगा। चलो देखिए रोटी लग गई अपनी अंदर। चलो जस्ट रीच्ड 8:55 से असी पहुँचे मुनार फार्म हाउस, तो लगेज वगैरह उतारते हैं। तो दूजी ग्रुप साडा जिहड़ा दूसरे दो फैमिलीज वो उधर रह गए क्योंकि उन्होंने होटल उधरों हाले खाना खा रहे थे, असी खाना खा के जल्दी आ गए। तो असी हूँ अपना लगेज वगैरह उतार के इतने स्टे करा, इतने 3 ही रूम ने, तो 3 असी बुक किए हुए हैं। कुछ इदा का व्यू आया रूम का, तो बाकी प्रॉपर थोड़ा सवेरे मॉर्निंग दिखावे। एक रूम साडा इधर है, तो ये सिटिंग रूम एरिया इन्हों का खाँगे क्योंकि टाइम बहुत हो गया, लेट बहुत हो गया असी, तो हूँ रेस्ट कर लगे हैं। तो अज की वीडियो में आप इतें एंड करते हैं मुनार पहुँच के, तो अगे वास्ते बने रहे हो तुसी। बहुत बहुत धन्यवाद थोड़ा। जे पहली बार चैनल पर आए हो तो प्लीज़ सबसक्राइब जरूर करके जाए, तो वीडियो में वो शेयर भी जरूर कराया करो। थैंक यू।